दोस्तों मैं तुहानू बड़े ही भरे मन दे नाल दसन लगा कि अज तो करीब डेढ़ महीना पहला एक 23 जून नू विजिलेंस वालों तुली लैब वालों के खिलाफ परचा दर्ज किया गया सीगा कि किवें लोगों नू फेक रिपोर्ट्स जिहड़ियां कोविड का पॉजिटिव कह के दित्तियां जांदियां और हस्पतालों वालों नाल मिल के किस तरीके लुटिया जा रहा। 6 जणियां दे उत्ते जिहड़े ताकतवर लोग सीगे उन्हां दे उत्ते केस रजिस्टर्ड होया सी और 23 तरीक नू केस दर्ज होण तो 3-4 दिन बाद ही दोषियों ने ठोक वजा के कहना शुरू कर दिता सीगा कि विजिलेंस कोलों साडी जिहड़ी इनकुआरी आ चेंज हो के लोकल प्रशासन कोल आ जाणी है क्योंकि उन्हां उत्ते चंडीगढ़ सरकार दे किसे ना किसे नुमाइंदे नू किसे बंदे नू पैसे दित्ते सीगे और इन्हां ने उहदे नाल डील कीती होई सी। मैं उदों भी तुहानू याद होगा कि इस गल का बहुत रौला पाया सी इन्हां दी की डील होई और सीएम साहब नू मैं चेचे तौर पर बेनती की सी कि इस मसले वल ध्यान देण और मैं उहदे च दस्या सीगा कि इन्हां लोकां ने जिहड़ियां जमानतां वापस लाईआं होईआं इन्हां वापस लै लैणीआं जां इन्हां दा अरैसट स्टे हो जूगा जां इन्हां नू पुलिस इन्वैसटीगेशन ज्वाइन कर लूगी ते जां जिहड़े कंप्लेनेंट है उन्हां नू इह डराउण जां खरीदण दी कोशिश करनगे ते कुझ लोक इस परचे दे विच्चों बाहर हो जाणगे। ਇਹ ਡੀਲ ਇਹਨਾਂ ਦੀ ਹੋਈ ਸੀ। ਮੇਰੇ ਰੌਲਾ ਪਾਉਣ ਤੋਂ ਬਾਅਦ ਖੁਦ ਪੰਜਾਬ ਦੇ ਸੀਐਮ ਨੇ ਸਟੇਟਮੈਂਟ ਦਿੱਤੀ ਸੀਗੀ ਕਿ ਇਹ ਜਿਹੜਾ ਮੁੱਦਾ ਵਾ ਇਹ ਮੇਰੀ ਨਿਗਰਾਨੀ ਦੇ ਵਿੱਚ ਇਹਦੀ ਦੇਖ ਰੇਖ ਦੇ ਵਿੱਚ ਇਨਕੁਆਇਰੀ ਹੋਊਗੀ ਔਰ ਇਹ ਮੁੱਦਾ ਮੈਂ ਵਿਜੀਲੈਂਸ ਤੋਂ ਲੈ ਕੇ ਲੋਕਲ ਪੁਲਿਸ ਨੂੰ ਇਸ ਕਰਕੇ ਦੇ ਰਿਹਾ ਕਿ ਇਹਨਾਂ ਨੂੰ ਕੋਰਟ ਦੇ ਵਿੱਚੋਂ ਕੋਈ ਰਿਲੀਫ ਨਾ ਮਿਲ ਜਾਵੇ ਇਹ ਲੋਕ ਇਸ ਮੁੱਦੇ ਨੂੰ ਲਮਕਾ ਨਾ ਸਕਣ ਔਰ ਇਹ ਮੈਂ ਚੇਂਜ ਕਰਕੇ ਲੋਕਲ ਪੁਲਿਸ ਨੂੰ ਦਿੱਤਾ ਔਰ ਇਹਦੇ ਉੱਤੇ ਮੈਂ ਆਪਣੀ ਦੇਖ ਰੇਖ ਦੇ ਵਿੱਚ ਇੱਕ ਸਿੱਟ ਬਣਾਈ ਹੈ ਅਤੇ ਜੋ ਕੁਝ ਹੋਊਗਾ ਉਹ ਮੇਰੀ ਦੇਖ ਰੇਖ 'ਚ ਹੋਊਗਾ ਇਹ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕਿਹਾ ਸੀ ਅਤੇ ਜਦੋਂ ਐਡੇ ਵੱਡੇ ਬੰਦੇ ਨੇ ਸਟੇਟਮੈਂਟ ਦਿੱਤੀ ਹੋਵੇ ਦੂਜਾ ਉਹ ਸਾਡੇ ਸੂਬੇ ਦਾ ਮੁਖੀ ਹੋਵੇ ਤੇ ਮੇਰਾ ਵੀ ਯਕੀਨ ਕਰਨਾ ਉਹਨਾਂ ਦੇ ਉੱਤੇ ਸੁਭਾਵਿਕ ਸੀਗਾ ਪਰ ਸਲੀਅਤ ਕੁਝ ਹੋਰ ਸੀਗੀ ਕਿ ਇਹ ਸਿੱਟ ਵੀ ਜਿੱਥੋਂ ਤੱਕ ਮੈਨੂੰ ਪਤਾ ਲੱਗਾ ਥੱਲੇ ਥੱਲੇ ਕੈਪਟਨ ਅਮਰਿੰਦਰ ਸਿੰਘ ਨੂੰ ਥੱਲੇ ਵਾਲੇ ਲੋਕਾਂ ਨੇ ਗੁੰਮਰਾਹ ਕੀਤਾ ਔਰ ਇਹ ਸਿੱਟ ਵੀ ਉਹਨਾਂ ਨੂੰ ਪੁੱਛ ਕੇ ਬਣੀ ਔਰ ਸਿੱਟ ਦੇ ਵਿੱਚ ਇੱਕ ਮੈਂਬਰ ਇਹੋ ਜਿਹਾ ਵਾ ਜਿਹੜਾ ਦੋਸ਼ੀਆਂ ਨੂੰ ਘਿਓ ਵਾਂਗੂ ਲੱਗ ਰਿਹਾ ਜਿਹਦੇ ਨਾਂ ਦੇ ਉੱਤੇ ਉਹਨਾਂ ਨੂੰ ਚਾਹ ਹੀ ਚੜ ਗਿਆ ਸੀਗਾ ਕਿ ਇਸ ਬੰਦੇ ਕੋਲ ਇਨਕੁਆਇਰੀ ਆ ਗਈ ਆ ਅਤੇ ਸਾਡਾ ਕੁਝ ਵਿਗੜ ਨਹੀਂ ਸਕਦਾ। ਹੁਣ ਮੈਂ ਤੁਹਾਨੂੰ ਦੱਸ ਦਵਾਂ ਇਸ ਇਨਕੁਆਇਰੀ ਦੇ ਵਿੱਚ ਉਹ ਨਹੀਂ ਹੋ ਰਿਹਾ ਜਿਹੜਾ ਮੁੱਖ ਮੰਤਰੀ ਸਾਹਿਬ ਚਾਹੁੰਦੇ ਸੀਗੇ ਸਗੋਂ ਹੋ ਰਿਹਾ ਜੋ ਦੋਸ਼ੀ ਚਾਹੁੰਦੇ ਸੀਗੇ ਜੋ ਮੈਂ ਬੋਲਿਆ ਸੀਗਾ ਕਿ ਤੁੱਲੀ ਐਂਡ ਕੰਪਨੀ ਇਹਨਾਂ ਦਾ ਅੱਜ ਬਦਕਿਸਮਤੀ ਆ ਸਾਡੀ ਸਰਕਾਰ ਦੀ ਕਿ ਇਹਨਾਂ ਕੋਰਟ ਦੇ ਵਿੱਚੋਂ ਰੈਸਟ ਸਟੇ ਲੈ ਲਿਆ 14 ਦਿਨਾਂ ਦਾ। ਹੁਣ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਇਹ ਕਿੱਡੇ ਕੁ ਕ੍ਰਿਮੀਨਲ ਲੋਕ ਸੀਗੇ ਜਾਂ ਇਹ ਕਿੱਡੇ ਕੁ ਵੱਡੇ ਗੈਂਗਸਟਰ ਸੀਗੇ ਜਿਨ੍ਹਾਂ ਨੂੰ ਸਾਰੇ ਹੀ ਦਾਅ ਪੇਚ ਆਉਂਦੇ ਸੀਗੇ ਫੋਨ ਬੰਦ ਕਰ ਲਓ ਕਿੱਥੇ ਰਹਿਣਾ ਕਿੱਥੇ ਨਹੀਂ ਰਹਿਣਾ ਨੰਬਰ ਚੇਂਜ ਕਰ ਲਓ ਕਿਸੇ ਰਿਸ਼ਤੇਦਾਰ ਨਾਲ ਸੰਪਰਕ ਨਾ ਕਰੋ ਕਿ ਐਡੇ ਮਤਲਬ ਇਹ ਤਰੰਤਰ ਖਿਡਾਰੀ ਸੀਗੇ ਜੁਰਮ ਦੀ ਦੁਨੀਆ ਦੇ ਮਤਲਬ ਹਰ ਦਾਅ ਇਹਨਾਂ ਨੂੰ ਆਉਂਦਾ ਸੀਗਾ ਜਿਹੜਾ ਇਹਨਾਂ ਵਰਤਿਆ ਜਿਸ ਕਰਕੇ ਫੜੇ ਨਹੀਂ ਗਏ ਇਹ ਆਪਣੇ ਵਕੀਲਾਂ ਨੂੰ ਮਿਲਦੇ ਰਹੇ ਇਹ ਸ਼ਿਕਾਇਤੀਆਂ ਤੱਕ ਨੂੰ ਅਪਰੋਚ ਕਰਦੇ ਰਹੇ ਸਿਫਾਰਿਸ਼ਾਂ ਕਰਦੇ ਰਹੇ ਧਮਕੀਆਂ ਲਾਉਂਦੇ ਰਹੇ ਬਸ ਪੁਲਿਸ ਨੂੰ ਨਹੀਂ ਮਿਲੇ ਇਹਨਾਂ ਡੇਢ ਮਹੀਨੇ ਦੇ ਵਿੱਚ ਹਰ ਦਾ ਇੱਥੇ ਬਦਕਿਸਮਤੀ ਆ ਸਾਡੇ ਸੂਬੇ ਦੀ ਕਿ ਜੇ ਕਿਸੇ ਨੂੰ ਬਚਾਉਣਾ ਹੋਵੇ ਹਰ ਦਾ ਅਤੇ ਹਰ ਨੁਕਤਾ ਜਿਹੜਾ ਉਹ ਪੁਲਿਸ ਆਪ ਦੱਸਦੀ ਆ ਕਿ ਆਪਣੇ ਫੋਨ ਨਾ ਚਲਾਇਓ ਆਹ ਨਾ ਕਰਿਓ ਜੇ ਕਿਤੇ ਹੋਣ ਵੀ ਤਾਂ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਜਾਵੇ ਵੀ ਇੱਥੋਂ ਨਿਕਲ ਜਾਓ ਤੁਸੀਂ। ਇਸ ਤਰੀਕੇ ਇਹਨਾਂ ਦੀ ਜਿਹੜੀ ਸੇਫਟੀ ਔਰ ਇਹਨਾਂ ਲਈ ਮੈਂ ਪਹਿਲਾਂ ਹੀ ਕਿਹਾ ਸੀਗਾ ਕਿ ਇੱਕ ਸੇਫ ਜਿਹੜਾ ਪੈਸੇ ਤਿਆਰ ਕੀਤਾ ਜਾ ਰਿਹਾ ਮੇਰਾ ਜਿਹੜਾ ਦਿਲ ਆ ਨਾ ਉਹ ਪਤਾ ਕੀ ਕਰਦਾ ਅੱਜ ਕਿ ਮੈਂ ਪੰਜਾਬ ਪੁਲਿਸ ਨੂੰ ਆਨਰ ਕਰਾਂ ਕਿ ਦੁਨੀਆ ਦੇ ਵਿੱਚ ਇਹਨਾਂ ਦਾ ਕੋਈ ਤੋੜ ਨਹੀਂ ਗਾ ਇਹਨਾਂ ਦੀ ਕੋਈ ਮਿਸਾਲ ਨਹੀਂ ਗੀ ਕਿਉਂਕਿ ਜਿੱਥੇ ਪੁਲਿਸ ਜਿਹੜੀ ਆਮ ਲੋਕਾਂ ਨੂੰ ਸ਼ਦਾਈ ਅਤੇ ਬੇਵਕੂਫ ਬਣਾਉਂਦੀ ਆ ਇਹ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਹੀ ਖਿੱਚ ਗਈ ਇਹਨੇ ਤਾਂ ਉਹਨਾਂ ਨੂੰ ਵੀ ਬੇਵਕੂਫ ਬਣਾ ਕੇ ਰੱਖ ਦਿੱਤਾ ਵੀ ਉਹ ਕੁਛ ਕਹਿੰਦਾ ਰਿਹਾ ਇਹਨਾਂ ਉਹ ਗੱਲ ਹੀ ਨਹੀਂ ਮੰਨੀ ਉਹ ਦੋਸ਼ੀਆਂ 'ਚੋਂ 6 ਬੰਦਿਆਂ 'ਚੋਂ ਇੱਕ ਵੀ ਬੰਦਾ ਨਹੀਂ ਫੜਿਆ ਗਿਆ ਉੱਥੇ ਪੁਲਿਸ ਜਿਹੜੀ ਆ ਉਹ ਕੰਪਲੇਨੈਂਟ ਨੂੰ ਇਹ ਦੱਸਣ ਲਈ ਕਿ ਅਸੀਂ ਬੜੀ ਸਖਤੀ ਕਰ ਰਹੇ ਹਾਂ ਅਸੀਂ ਇਹਨਾਂ ਦੇ ਵੱਟ ਕਰ ਦੇਣੇ ਆ ਸਾਨੂੰ ਇਹ ਦੱਸੋ ਇਹ ਕਿੱਥੇ ਕਿ ਨੇ ਇਹਨਾਂ ਨੂੰ ਫੜੀਏ ਹੁਣ ਇਹਨਾਂ ਨੂੰ ਪੁੱਛੋ ਕਿ ਕੰਪਲੇਨਰ ਤੁਹਾਨੂੰ ਦੱਸੂਗਾ ਵੀ ਇਹ ਕਿੱਥੇ ਨੇ ਇਹ ਵੀ ਅਫਸਰਾਂ ਨੂੰ ਦੱਸਣ ਦੀ ਲੋੜ ਹੈ ਵੀ ਇਹ ਕਿੱਥੇ ਨੇ ਅਫਸਰ ਕਈ ਮੈਨੂੰ ਵੀ ਫੋਨ ਕਰਦੇ ਰਹੇ ਕਿ ਭਾਅ ਜੀ ਇਹਨਾਂ ਦਾ ਪਤਾ ਲੱਗ ਸਕਦਾ ਅਸੀਂ ਕਿੱਥੇ ਆ ਇਹ ਬੰਦੇ ਕਿੱਥੇ ਨੇ ਉੱਥੋਂ ਇਹਨਾਂ ਨੂੰ ਫੜ ਲਿਆਈਏ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਜੇ ਬੰਦੇ ਅਸੀਂ ਫੜਨੇ ਆ ਫਿਰ ਇਹਨਾਂ ਨੂੰ ਸਜ਼ਾ ਸੁਣਾਉਣ ਦਾ ਹੱਕ ਵੀ ਸਾਨੂੰ ਲੋਕਾਂ ਨੂੰ ਅਤੇ ਜਨਤਾ ਨੂੰ ਹੋਣਾ ਚਾਹੀਦਾ ਜੋ ਜਨਤਾ ਦੀ ਅਦਾਲਤ ਫੈਸਲਾ ਕਰ ਦੇਵੇ ਫਿਰ ਪੁਲਿਸ ਨੂੰ ਵੀ ਉਹ ਮਨਜ਼ੂਰ ਹੋਣੀ ਚਾਹੀਦੀ ਹੈ ਔਰ ਇਹਨਾਂ ਲੋਕਾਂ ਨੂੰ ਵੀ ਮਨਜ਼ੂਰ ਹੋਣੀ ਚਾਹੀਦੀ ਆ ਫਿਰ ਅਸੀਂ ਇਹਨਾਂ ਨੂੰ ਫੜਾਉਣ ਨੂੰ ਇਹਨਾਂ ਲੋਕਾਂ ਨੂੰ ਤਿਆਰ ਹਾਂ। ਬਾਕੀ ਮੈਂ ਇਹ ਦੱਸ ਦਿਆਂ ਕਿ ਮੇਰਾ ਕੰਮ ਲੋਕਾਂ ਦੇ ਹੱਕਾਂ ਲਈ ਖੜਨਾ ਅਤੇ ਉਹਨਾਂ ਲਈ ਲੜਨਾ ਮੇਰਾ ਫਰਜ਼ ਹੈ। ਮੈਂ ਲੋਕਾਂ ਦਾ ਨੌਕਰ ਜ਼ਰੂਰ ਹਾਂ ਮੈਂ ਕੋਈ ਪੁਲਿਸ ਦਾ ਟਾਊਟ ਨਹੀਂ ਹੈਗਾ ਮੈਨੂੰ ਤਾਂ ਪਤਾ ਵੀ ਹੋਵੇ ਕਿੱਥੇ ਆ ਤਾਂ ਮੈਂ ਤਾਂ ਵੀ ਨਹੀਂ ਦੱਸੂਗਾ ਮੇਰਾ ਕੰਮ ਇਹਨਾਂ ਦੀ ਟਾਊਟੀ ਕਰਨਾ ਨਹੀਂਗਾ ਨਾ ਮੈਂ ਜ਼ਿੰਦਗੀ 'ਚ ਇਹੋ ਜਿਹੇ ਕੰਮ ਕੀਤੇ ਆ।
ਹੁਣ ਮੈਂ ਪੁੱਛਦਾ ਪੰਜਾਬ ਪੁਲਿਸ ਨੂੰ ਜਦੋਂ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀਗਾ ਤੇ ਉਦੋਂ ਇਹ ਲੋਕਾਂ ਨੇ ਫੜਾਏ ਸੀਗੇ ਨਿਰੰਕਾਰੀ ਭਵਨ ਦੇ ਵਿੱਚ ਬੰਬ ਧਮਾਕਾ ਹੋਇਆ ਸੀਗਾ ਤੇ ਇਹ ਜਿਹੜੇ ਦੋਸ਼ੀ ਸੀਗੇ ਲੋਕਾਂ ਨੇ ਫੜਾਏ ਸੀਗੇ ਇੱਕ ਦਿਨ ਸਾਰ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਕਿਸੇ ਨੇ ਜੁੱਤੀ ਸੁੱਟ ਦਿੱਤੀ ਸੀ ਤੇ ਉਹ ਜਿਹੜੇ ਲੋਕ ਸੀਗੇ ਉਹ ਲੋਕਾਂ ਨੇ ਫੜਾਏ ਸੀਗੇ ਫਰਕ ਸਿਰਫ ਇੰਨਾ ਕਿ ਉਹ ਜਿਹੜੇ ਮੁੱਦੇ ਸੀਗੇ ਉਹ ਸਰਕਾਰਾਂ ਨਾਲ ਜੁੜੇ ਸੀ ਉਹ ਪੁਲਿਸ ਨਾਲ ਜੁੜੇ ਸੀਗੇ ਉਹ ਵੱਡੀਆਂ ਸੰਸਥਾਵਾਂ ਨਾਲ ਜੁੜੇ ਸੀ ਜਿਨ੍ਹਾਂ ਤੋਂ ਇਹਨਾਂ ਨੂੰ ਡਰ ਆਉਂਦਾ ਇਹ ਮੁੱਦਾ ਜਿਹੜਾ ਲੋਕਾਂ ਦੇ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਸੀਗਾ ਤਾਂ ਕਰਕੇ ਇਹਨਾਂ ਲੋਕਾਂ ਦੀ ਕਿਸੇ ਨੇ ਬਾਹ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਕਿਤੇ ਵੱਧ ਬੰਦੇ ਇਕੱਠੇ ਹੋ ਜਾਣ ਕਿਤੇ ਕੋਈ ਦੁਕਾਨ ਇੱਕ ਘੰਟਾ ਜ਼ਿਆਦਾ ਖੁੱਲ ਜਾਵੇ ਅਤੇ ਪੁਲਿਸ ਪਰਚਾ ਦੇ ਕੇ ਉਹ ਬੰਦੇ ਨੂੰ ਫੜ ਲੈਂਦੀ ਆ ਇੱਥੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕੀਤਾ ਗਿਆ ਕੀ ਗੱਲ ਇਹਨਾਂ ਲੋਕਾਂ ਦਾ ਕੋਈ ਵਾਰਸ ਨਹੀਂ ਗਾ ਇੱਕ ਵੀ ਬੰਦਾ ਅਰੈਸਟ ਨਹੀਂ ਕੀਤਾ ਗਿਆ ਇਹਨਾਂ ਲੋਕਾਂ ਦੀ ਬਾਹ ਕੌਣ ਫੜੂਗਾ ਆਹ ਤੁੱਲੀ ਜਿਹੜਾ ਮੌਤ ਦਾ ਸੌਦਾਗਰ ਇਹਦਾ ਭਰਾ ਇੱਕ ਦਿਨ ਫੇਸਬੁੱਕ ਦੇ ਉੱਤੇ ਲਿਖਦਾ ਇੱਕ ਦਿਨ ਗੌਰਮੈਂਟ ਹਸਪਤਾਲ ਦੇ ਵਿੱਚੋਂ ਇੱਥੇ ਸਾਡੇ ਗੁਰੂ ਨਾਨਕ ਹਸਪਤਾਲ ਦੇ ਵਿੱਚੋਂ ਲਾਸ਼ ਦੀ ਅਦਲਾ ਬਦਲੀ ਹੋ ਗਈ ਸੀਗੀ ਕਿਉਂਕਿ ਕੋਵਿਡ ਵਾਲੀ ਲਾਸ਼ ਆ ਜਿਹੜੀ ਪੂਰਨ ਤੌਰ ਦੇ ਉੱਤੇ ਪੈਕ ਕੀਤੀ ਜਾਂਦੀ ਆ ਉਹ ਕਿਸੇ ਦੀ ਲਾਸ਼ ਕਿਸੇ ਨੂੰ ਚੱਲ ਗਈ ਸੀ ਔਰ ਉਹ ਜਿਹੜਾ ਬੰਦਾ ਉਹ ਫੇਸਬੁੱਕ ਦੇ ਉੱਤੇ ਪਾਉਂਦਾ ਕਿ ਇਹ ਲਾਸ਼ਾਂ ਬਦਲ ਗਈਆਂ ਹੁਣ ਜਿਹੜੇ ਲੋਕ ਬੋਲਦੇ ਸੀ ਸਾਡੇ ਖਿਲਾਫ਼ ਹੁਣ ਕਿਉਂ ਨਹੀਂ ਬਦਲ ਰਹੇ ਮੈਂ ਉਹਨੂੰ ਇਹ ਕਹਿਣਾ ਚਾਹੁੰਦਾ ਵਾ ਇਹ ਤੇ ਸਿਰਫ ਲਾਸ਼ਾਂ ਬਦਲੀਆਂ ਸੀ ਅਣਗਹਿਲੀ ਦੇ ਨਾਲ ਤੁਸੀਂ ਤੇ ਜੀਂਦੇ ਲੋਕਾਂ ਨੂੰ ਲਾਸ਼ਾਂ 'ਚ ਬਦਲਦੇ ਰਹੇ ਹੋ ਜੀਂਦੇ ਜਾਗਦੇ ਲੋਕਾਂ ਨੂੰ ਜੀਂਦੇ ਜਾਗਦੇ ਲੋਕਾਂ ਨੂੰ ਤੁਸੀਂ ਘਰਾਂ ਦੇ ਵਿੱਚ ਲਾਸ਼ਾਂ ਬਣਾ ਕੇ ਰੱਖ ਦਿੱਤਾ ਆਹ ਤਰੀਕਾ ਤੁਸੀਂ ਬਣਾਇਆ ਹੋਇਆ ਸੀ ਤੁਹਾਡੀ ਲੁੱਟ ਦੀ ਕਿੱਥੋਂ ਤੱਕ ਮੈਂ ਦਰਿੰਦਗੀ ਦੱਸਾਂ ਕੁੱਤਿਓ ਤੁਸੀਂ ਕਰਦੇ ਕੀ ਰਹੇ ਹੋ ਕਿ ਜੇ ਤੁਹਾਡੇ ਕੋਲ ਕੋਈ ਕੋਵਿਡ ਟੈਸਟ ਕਰਾਉਣ ਆ ਗਿਆ ਨਾ ਤੇ ਉਹਦਾ ਤੁਹਾਨੂੰ ਆਧਾਰ ਕਾਰਡ ਮਿਲਦਾ ਸੀ ਉਹਦਾ ਐਡਰੈਸ ਮਿਲਦਾ ਸੀ ਜਿਵੇਂ ਕੋਈ ਬੰਦਾ ਮੋਟਰਸਾਈਕਲ ਸਕੂਟਰ ਕਾਰ ਫਾਈਨਾਂਸ ਕਰਾਉਣ ਜਾਂਦਾ ਹੈ ਨਾ ਤੇ ਬੈਂਕ ਵਾਲੇ ਉਹਦੀ FI ਕਰਦੇ ਆ ਉਹਨੂੰ ਕਹਿੰਦੇ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਇਹ ਫਾਰਮੂਲਾ ਤੁਸੀਂ ਕੋਵਿਡ ਦੇ ਉੱਤੇ ਅਪਣਾ ਲਿਆ ਸੀਗਾ ਕਿ ਇਹਦੇ ਘਰ ਦੇ ਵਿੱਚ ਐਡਰੈਸ ਵੇਖ ਕੇ ਆਓ ਜੇ ਤੇ ਇਹਦਾ ਘਰ ਤਗੜਾ ਤੇ ਇਹਨੂੰ ਪੋਜ਼ਿਟਿਵ ਦੇ ਦੇਵਾਂਗੇ ਜੇ ਮਾਤੜ ਆ ਤੇ ਇਹਨੂੰ ਨੈਗੇਟਿਵ ਦੇ ਦੇਵਾਂਗੇ ਤਗੜਾ ਤੇ ਇਹਨੂੰ ਕਿਸੇ ਹਸਪਤਾਲ ਦੇ ਵਿੱਚ ਭੇਜ ਕੇ ਤੇ ਆਹ ਲੁੱਟਾਂਗੇ ਆਹ ਅਸਲੀਅਤ ਸੀ ਜਿਹੜੀ ਮੈਂ ਤੁਹਾਡੀ ਲੋਕਾਂ ਦੇ ਸਾਹਮਣੇ ਲੈ ਕੇ ਆਇਆ ਮੈਂ ਅੱਜ ਫਿਰ ਇਹ ਜਿਹੜਾ ਸਾਰਾ ਮਸਲਾ ਇੱਕ ਵਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਸਾਹਮਣੇ ਵੀ ਲੈ ਕੇ ਆਇਆ ਕਿ ਗੁੱਸਾ ਨਾ ਕਰਿਓ ਮੁੱਖ ਮੰਤਰੀ ਜੀ ਅੱਗੇ ਤੇ ਮੈਂ ਸਮਝਦਾ ਸੀਗਾ ਕਿ ਸਿਰਫ ਜਿਹੜੇ ਥੱਲੇ ਵਾਲੇ ਬੰਦਿਆਂ ਦੀ ਇਹਨਾਂ ਨਾਲ ਸੈਟਿੰਗ ਹੋਈ ਆ ਤੇ ਜੇ ਹੁਣ ਵੀ ਤੁਸੀਂ ਇਸ ਮੁੱਦੇ ਦੇ ਉੱਤੇ ਸੀਰੀਅਸ ਨਾ ਹੋਏ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਾ ਹੋਈ ਤੇ ਮੈਂ ਇਹ ਸਮਝਣ ਲਈ ਮਜਬੂਰ ਆਊਂਗਾ ਕਿ ਤੁਹਾਡੇ ਤੱਕ ਵੀ ਕੋਈ ਨਾ ਕੋਈ ਅਪਰੋਚ ਕੀਤੀ ਗਈ ਆ ਜਿਹਨੂੰ ਮੇਰਾ ਮਨ ਅਜੇ ਤੱਕ ਨਹੀਂ ਮੰਨਦਾ ਮੁੱਖ ਮੰਤਰੀ ਬਣੋ ਪੰਜਾਬ ਦੇ ਤੁਸੀਂ ਸਿਰਫ ਕਾਗਜ਼ਾਂ 'ਚ ਮੁੱਖ ਮੰਤਰੀ ਬਣ ਚੱਲੇ ਹੋ ਤੁਹਾਨੂੰ ਮੈਂ ਇਹ ਦੱਸ ਦੇਵਾਂ ਜੇ ਤੁਸੀਂ ਇਹੋ ਜਿਹੇ ਸੰਜੀਦਾ ਮੁੱਦਿਆਂ ਦੇ ਉੱਤੇ ਕੰਮ ਨਹੀਂ ਕਰਦੇ ਤੇ ਤੁਹਾਡੀ ਤੁਲਨਾ ਮੈਂ ਇੱਕ ਟਿਕਟੌਕ ਦੇ ਉੱਤੇ ਮੁੱਖ ਮੰਤਰੀ ਆਉਂਦਾ ਹੱਸੇ ਮਜ਼ਾਕ ਵਾਲਾ ਫਿਰ ਤੇ ਮੈਂ ਉਹਦੇ ਨਾਲ ਕਰੂੰਗਾ ਵੀ ਉਹ ਲੋਕਾਂ ਦਾ ਵੱਧ ਜੀ ਲਾ ਲੈਂਦਾ ਲੋਕਾਂ ਨੂੰ ਵੱਧ ਸਾ ਲੈਂਦਾ ਤੁਹਾਡੇ ਤੋਂ ਪੰਜਾਬ ਸਾਰਾ ਰੋਣ ਡਿਆ ਵਾ ਅਖੀਰ 'ਚ ਮੇਰੀ ਬੇਨਤੀ ਆ ਤੁਹਾਨੂੰ ਜੇ ਤੁਸੀਂ ਸਹੀ 'ਚ ਪੰਜਾਬ ਦੇ ਹਿਤੈਸ਼ੀ ਹੋ ਜੇ ਤੁਸੀਂ ਸਹੀ ਦੇ ਵਿੱਚ ਪੰਜਾਬ ਜਿਹੜੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ ਤੇ ਦੋਸ਼ੀ ਬਚਣੇ ਨਹੀਂ ਚਾਹੀਦੇ ਇਹਨਾਂ ਦੇ ਵਿੱਚ ਕੋਈ ਵੀ ਹੋਵੇ ਤੇ ਜੇ ਤੁਸੀਂ ਸਭ ਕੁਝ ਜਾਣਦੇ ਹੋਏ ਵੀ ਅੱਖਾਂ ਬੰਦ ਕਰ ਲਈਆਂ ਤੇ ਆਪਣੇ ਪਿਆਦਿਆਂ ਦੇ ਅੱਗੇ ਬੇਬਸ ਹੋ ਚੁੱਕੇ ਹੋ ਵੀ ਉਹ ਪੰਜਾਬ ਨੂੰ ਲੁੱਟ ਲੈਣ ਜਿੰਨਾ ਮਰਜ਼ੀ ਇਹੋ ਜਿਹੇ ਲੋਕਾਂ ਨੂੰ ਹੱਲਾਸ਼ੇਰੀ ਦੇ ਕੇ ਇਹਨਾਂ ਨੂੰ ਖੁੱਲ ਦਿੱਤੀ ਹੋਈ ਆ ਤੁਸੀਂ ਲੁੱਟਣ ਦੀ ਤੇ ਫਿਰ ਮੈਂ ਤੁਹਾਨੂੰ ਲੈ ਕੇ ਤੁਹਾਡੇ ਲਈ ਪੰਜਾਬ ਦੇ ਲੋਕਾਂ ਨੂੰ ਲੈ ਕੇ ਇਹੀ ਚਾਰ ਲੈਣਾ ਕਹਿ ਕੇ ਸਮਾਪਤੀ ਕਰਨ ਲੱਗਾ ਕਿ ਬੜੇ ਸ਼ੌਂਕ ਸੇ ਮੇਰੇ ਪੰਜਾਬ ਕੋ ਲੂਟ ਬੜੇ ਸ਼ੌਂਕ ਸੇ ਮੇਰੇ ਪੰਜਾਬ ਕੋ ਲੂਟ ਕੋਈ ਆਂਚ ਨਾ ਤੁਝ ਪੇ ਆਏਗੀ ਯੇ ਜ਼ੁਬਾਂ ਕਿਸੀ ਨੇ ਖਰੀਦ ਲੀ ਯੇ ਕਲਮ ਕਿਸੀ ਕਾ ਗੁਲਾਮ ਹੈ।